ਕਣਕ ਟੁੱਟ ਗਈ ਨਾ ਸੱਦਾ ਪਾਣੀ ਹੋ ਗਿਆ ਤਾਂ ਪਾਣੀ ਦੀ ਰਫਤਾਰ ਵੱਧ ਗਈ ਅੱਜ ਘੱਗਰ ਦੇ ਵਿੱਚ ਪਾੜ ਪੈਣ ਦੇ ਕਾਰਨ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਜਿਹੜੀ ਸੈਂਕੜੇ ਏਕੜ ਫਸਲ ਆ ਉਹ ਤਬਾਹ ਹੋ ਗਈ ਤੇ ਜਦੋਂ ਇਹ ਪਾਣੀ ਨੇ ਪੰਜਾਬ ਵੱਲ ਰੁੱਖ ਕਰਨੇ ਹੁਣੇ ਹਰਿਆਣੇ ਦੇ ਚਾਂਦਪੁਰਾ ਬੰਨ ਤੋਂ ਪਾਣੀ ਚੱਲਿਆ ਜਦੋਂ ਪੰਜਾਬ ਦੇ ਵੱਲ ਇਹਨੇ ਰੁੱਖ ਕਰਨਾ ਤਾਂ ਇਹਨੇ ਬੋਹਾ ਚਨੀਰ ਉਸ ਇਲਾਕੇ 'ਚ ਹੁੰਦੇ ਹੋਏ ਸਰਦੂਲਗੜ੍ਹ ਤੱਕ ਇਸ ਪਾਣੀ ਨੇ ਪਹੁੰਚਣਾ ਪਰ ਜੇ ਮੈਂ ਆਖਾਂ ਕਿ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ ਨਾ ਪਹਿਲਾਂ ਲਈ ਹੈ ਨਾ ਹੁਣ ਕੋਈ ਸਾਰ ਲਈ ਹੈ ਜਿੰਨੇ ਵੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਲੀਡਰ ਇਸ ਬੰਨ 'ਤੇ ਆਏ ਉਹਨਾਂ ਨੇ ਸਿਰਫ ਤੇ ਸਿਰਫ ਫੋਟੋ ਸੈਸ਼ਨ ਵਾਲਾ ਕੰਮ ਕੀਤਾ ਕੋਈ ਅਵੇਅਰਨੈਸ ਨਹੀਂ ਲੋਕਾਂ 'ਚ ਕੋਈ ਲੋਕਾਂ ਨੂੰ ਅਵੇਅਰ ਨਹੀਂ ਕਰਿਆ ਗਿਆ ਪਹਿਲਾਂ ਕਿ ਪਾਣੀ ਆਉਣ ਵਾਲਾ ਤੁਸੀਂ ਆਪਣੇ ਪੁਖਤਾ ਪ੍ਰਬੰਧ ਕਰ ਲਓ ਕੋਈ ਸਰਕਾਰ ਦਾ ਸਹਿਯੋਗ ਨਹੀਂ ਲੋਕ ਆਪਣੇ ਪੱਧਰ 'ਤੇ ਇਸ ਬੰਨ ਨੂੰ ਪੂਰਨ ਵਾਸਤੇ ਯਤਨ ਕਰ ਰਹੇ ਹੈ ਅਤੇ ਪਰ ਇਹ 50-60 ਫੁੱਟ ਦਾ ਜਿਹੜਾ ਪਾੜ ਹੈ ਅਤੇ ਉਹ ਪੈ ਚੁੱਕਿਆ ਅਤੇ ਕਾਫੀ ਨੁਕਸਾਨ ਹੈ ਜਿਹੜਾ ਇਸ ਪਾਣੀ ਦੇ ਨਾਲ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦਾ ਹੋਣਾ ਅਤੇ ਅਸੀਂ ਕਹਿੰਦੇ ਹਾਂ ਕਿ ਮੁਆਵਜ਼ਾ ਜਿਹੜੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਜਿਹੜੀ ਸੈਂਟਰ ਸਰਕਾਰ ਅਤੇ ਜਿਹੜੀ ਸਟੇਟ ਸਰਕਾਰ ਹੈ ਉਹ ਪ੍ਰੋਪਰ ਮੁਆਵਜ਼ਾ ਜਿਹੜਾ ਜਿਸ ਵੀ ਕਿਸੇ ਕਿਸਾਨ ਦਾ ਨੁਕਸਾਨ ਹੁੰਦਾ ਪ੍ਰੋਪਰ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ ਜਿਹਦਾ ਡਰ ਸੀ ਕਿ ਚਾਂਦਪੁਰਾ ਬੰਨ ਟੁੱਟੂਗਾ ਤਾਂ ਪੰਜਾਬ ਦੇ ਵਿੱਚ ਨਾਲ ਨਾਲ ਹਰਿਆਣੇ ਦੇ ਵਿੱਚ ਵੀ ਤਬਾਹੀ ਮਚਾਊਗਾ ਬੀਤੀ ਰਾਤ ਬਰਾਤ ਕੀ ਸਵੇਰੇ 5 ਵਜੇ ਉਹੀ ਹੋਇਆ ਚਾਂਦਪੁਰਾ ਬੰਨ ਦੇ ਵਿੱਚ ਬਹੁਤ ਵੱਡਾ ਪਾੜ ਪਿਆ ਜਿਹਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਹਰਿਆਣਾ ਦਾ ਲਾਸਟ ਪਿੰਡ ਚਾਂਦਪੁਰਾ ਹੈ ਚਾਂਦਪੁਰਾ ਦੇ ਖੇਤਾਂ ਦੇ ਵਿੱਚ ਪਾਣੀ ਭਰ ਚੁੱਕਿਆ ਅਤੇ ਇਸ ਤੋਂ ਬਾਅਦ ਇਹ ਪਾਣੀ ਹੈ ਜਿਹੜਾ ਸਭ ਤੋਂ ਪਹਿਲਾਂ ਗੋਰਖਨਾਥ ਅਤੇ ਉਸ ਤੋਂ ਬਾਅਦ ਕੁੱਲਰੀਆਂ ਨੂੰ ਇਫੈਕਟ ਕਰੇਗਾ ਉਸ ਤੋਂ ਬਾਅਦ ਜਾ ਕੇ ਝਨੀਰ ਬਲਾਕ ਤੱਕ ਦੇ ਪਿੰਡਾਂ ਦੇ ਵਿੱਚ ਨੁਕਸਾਨ ਕਰੂਗਾ ਸਰਕਾਰਾਂ ਨੇ ਪਹਿਲਾਂ ਵੀ ਪ੍ਰੋਪਰ ਪ੍ਰਬੰਧ ਨਹੀਂ ਕੀਤੇ ਹੁਣ ਵੀ ਪ੍ਰੋਪਰ ਪ੍ਰਬੰਧ ਨਹੀਂ ਕੀਤੇ ਹੈਗੇ ਅਗਰ ਸਰਕਾਰਾਂ ਨੂੰ ਕਿਸਾਨਾਂ ਦੀ ਥੋੜ੍ਹੀ ਬਹੁਤੀ ਵੀ ਸਾਰ ਹੁੰਦੀ ਤਾਂ ਸਾਨੂੰ ਇਹ ਜਿਹੜੀ ਵੱਡੀ ਸਮੱਸਿਆ ਤੋਂ ਨਿਜਾਤ ਦਵਾਈ ਜਾ ਸਕਦੀ ਸੀ ਸਰਕਾਰਾਂ ਵਾਸਤੇ ਇਹ ਜਿਹੜੇ ਮਸਲੇ ਆ ਕੋਈ ਬਹੁਤੇ ਵੱਡੇ ਨਹੀਂ ਹੁੰਦੇ ਘੱਗਰ ਹੈ ਜਿਹੜਾ ਸਾਨੂੰ ਇੱਕ ਪਾਸੇ ਤਾਂ ਹੜ੍ਹਾਂ ਦੇ ਰੂਪ 'ਚ ਮਾਰ ਦਿੰਦਾ ਦੂਸਰੇ ਜਦੋਂ ਬਰਸਾਤਾਂ ਦਾ ਮੌਸਮ ਨਹੀਂ ਹੁੰਦਾ ਉਦੋਂ ਫੈਕਟਰੀਆਂ ਦਾ ਜਿਹੜਾ ਗੰਦਾ ਪਾਣੀ ਹੈ ਘੱਗਰ ਦੇ ਵਿੱਚ ਆਉਂਦਾ ਉਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਚਮੜੀ ਦੇ ਰੋਗ ਅੱਖਾਂ ਦੇ ਰੋਗ ਹੋਰ ਪਤਾ ਨਹੀਂ ਸਾਨੂੰ ਬਿਮਾਰੀਆਂ ਦੇ ਨਾਮ ਹੀ ਨਹੀਂ ਆਉਂਦੇ ਸਾਡੇ ਲੋਕਾਂ ਨੂੰ ਬਿਮਾਰੀਆਂ ਤੱਕ ਚਿੰਬੜ ਗਈਆਂ ਅਸੀਂ ਤਾਂ ਕੇਂਦਰ ਸਰਕਾਰ ਤੋਂ ਵੀ ਅਤੇ ਸੂਬੇ ਦੀਆਂ ਸਰਕਾਰਾਂ ਤੋਂ ਵੀ ਮੰਗ ਕਰਦੇ ਹਾਂ ਕਿ ਸਾਨੂੰ ਘੱਗਰ ਅਫੈਕਟਡ ਘੱਗਰ ਦੇ ਜਿਹੜੇ ਪੀੜਤ ਐਲਾਨ ਕੇ ਸਾਡੇ ਲੋਕਾਂ ਨੂੰ ਖਾਸ ਜਿਹੜੀ ਰਿਆਤ ਹੈ ਉਹ ਵੀ ਦਿੱਤੀ ਜਾਵੇ ਅਤੇ ਜੋ ਨੁਕਸਾਨ ਸਾਡੀ ਕਿਸਾਨੀ ਦਾ ਹੋਇਆ ਡੰਗਰ ਵੱਛੇ ਦਾ ਹੋਇਆ ਉਹਦੀ ਭਰਪਾਈ ਵੀ ਪੰਜਾਬ ਸਰਕਾਰ ਕਰੇ ਕੇਂਦਰ ਸਰਕਾਰ ਕਰੇ ਮਿਲ ਕੇ ਕਰਨ ਪਰ ਸਾਡੀ ਭਰਪਾਈ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ।